الفرج اللهم اجل لي وليك الفرج اللهم اجل لي وليك الفرج ملة الشهداء بوارث مؤمنين ومؤمنات اپنے جملہ مرحومین اور بالخص بانیان دے جملہ مرحومین بالخصوص بھائی مار ظفر عباس تے ایصال ثواب اور باقی جتنے انہاں دے مرحومین انہاں دے بلندی درجات واسطے التماس سورۃ الفاتحہ ذکر پاک دی قبولیت واسطے صلوات اپنی اپنی حوادات شریعت دی قبولیت واسطے سارے عزادار صلوات پڑھو اپنا اپنے مریضاں دی شفا یابی حوائجات شریعت دی قبولیت ذکر پاک دی قبولیت واسطے اچھی صلوات پڑھو اللہم صلی اللہ نعرہ تکبیر کبریا دا نام بلند ہے مل کے نعرہ تکبیر نعرہ رسالت نعرہ رسالت نعرہ حیدری انہی جندہ جندہ علی امام کل امام یک زبان ختم قرآن حیدری حسینیت یزیدیت بر محمد و آل محمد صلوات کوئی خطبہ نہیں میں خود بھی سفر کرنا ہے اور میرے بعد عظیم باپ دے عظیم فرزند اور میرے چھوٹے بھائی حسنین تشریف فرمائیں ہارون الرشید دا دور ایک علیگن ولی اللہ پڑھن والا ہے تاریخ جندہ نا دسے علی بن سہل طالقانی یہاں سلامت رہی میں تو انہیں ایک لمحہ ضائع نہیں کیتا جنہ میں گدائز پاک ممبر دے سجے کھپے دیاں کیتی ہیں کہیں دے نہ ہاتھ چھڑا میں نہ آیا نہ کہیں دے بنہا میں نہ آیا سنی بھائیوں اے پاک ممبر گالی کا ڈھنڈا نہ نہیں اے قرآن و حدیث سنا من دا مقام ہے ہارون و رشید دا دربار ستویں آقا دا دور اکلہ دربار جھاروں نے اس ذکر علیون ولی اللہ پڑھن والے ازادار نو دربار اس دے جندہ نائے علی بن سہل طالقانی ان سمجھ آئی جائے تو اور یہ سوچوں تو پہلے میں ممبر چھوڑ دے سا اس چاند گلنہ کی دین اگر دوارا مزاج گوارہ کرے تو گزار شاہد عرض گرہ جا مجلس لڑائی جھگڑے دا نا نہیں غصے جلال دا نا مجلس شبیر نہیں کہیں دا دل دکھاون دا نا مظلوم دی مجلس نہیں علی بن سہل تصور خان جی طالقانی پہلا فضائل دا جملہ اگر تُساہی تھے قبول نہ کیتا دمیاں والی بھامی اس تو بعد میں جتنے ٹیل لائے کہنے سننا
ਇਹ ਦੁਸ਼ਮਨ ਹੁਸੈਨ ਹੈ, ਦੁਸ਼ਮਨ ਅਲੀ ਹੈ, ਦੁਸ਼ਮਨ ਸਾਦਾਤ ਹਾਰੂਨ ਰਸ਼ੀਦ, ਜਿਹੜਾ ਸਾਹਮਣੇ ਦਰਬਾਰ 'ਚ ਕੁਰਸੀ 'ਤੇ ਬੈਠਾ, ਕੋਈ ਗਰੀਬ ਨਹੀਂ। ਵਿਲਾਇਤ ਅਲੀ ਦਾ ਬਹੁਤ ਵੱਡਾ ਪਰਵਾਨਾ ਹੈ। ਇਹ ਸਲਾਮਤ ਰਹਿਣ, ਇਹ ਸਲਾਮਤ ਰਹਿਣ। ਇਸ ਦੀ ਅੱਖ 'ਚ ਅੱਖ ਪਾ ਕੇ ਆਖਦਾ, ਅਲੀ ਬਿਨ ਸਾਲੇ ਤਾਲਕਾਨੀ, ਮੈਂ ਸੁਣਿਆ ਜੋ ਤੂੰ ਲੋਕਾਂ 'ਚ ਐਲਾਨ ਕਰ ਰਿਹਾ, ਜੋ ਮੈਂ ਅਲੀ ਬਿਨ ਸਾਲੇ ਤਾਲਕਾਨੀ ਉਹ ਖੁਸ਼ ਨਸੀਬ ਹਾਂ ਜਾਂ ਬਦਲਾਂ 'ਤੇ ਸਵਾਰੀ ਕੀਤੀ। ਇਹ ਸਲਾਮਤ ਰਹਿਣ। ਕੁਝ ਬੰਦੇ ਮੇਰੇ ਲੱਗਦੇ ਹੀ ਬੜੇ ਕਰੀਬੀ ਹੈ, ਜਿਹੜੇ ਨਾਰੇ ਨਹੀਂ ਪੈ ਮਰਿੰਦੇ। ਮਜਲਿਸ ਪਾਕ ਮੈਂ ਪੜ੍ਹ ਕੇ ਤੁਰ ਵੰਜਣਾ, ਬਾਣੀਆਂ ਤੋਂ ਨਿਆਜ਼ ਦਾ ਵਜ਼ਨ ਨਹੀਂ ਕਰਾ ਲਵੇ ਹੈ ਅਤੇ ਜ਼ਾਕਰੀ ਦਾ ਵਜ਼ਨ ਨਹੀਂ ਕਰਾ ਲਵੇ ਹੈ। ਅੱਖ ਚੱਖ ਪਾ ਕੇ ਆਦਾ, ਮੈਂ ਸੁਣਦਾ ਰਹਿਣਾ ਤੂੰ ਲੋਕਾਂ 'ਚ ਗੱਲ ਫੈਲਾ ਰਹੇ। ਬਿਸਮਿਲ੍ਲਾਹ, ਜੋ ਤੈਂ ਬਦਲਾਂ 'ਤੇ ਸਵਾਰੀ ਕੀਤੀ ਹੈ, ਜਵਾਬ ਤੋਂ ਵੱਡੇ ਸਜ਼ਾਦਾਰ ਤੋਂ ਲੈ ਕੇ ਆਖਰੀ ਬੱਚੇ ਤੱਕ, ਮੁਸੱਲੇ ਦੇ ਵਤਨ ਵਾਲੇ ਸ਼ਹਿਜ਼ਾਦਾ ਜ਼ਮੂਰ ਸ਼ਾਹ ਜੀ, ਅਲੀ ਅਲੀ ਕ੍ਰਿਸ਼ਨ ਬਾਬਾ ਮੁਬਾਰਕ ਸ਼ਾਹ ਜੀ, ਜਦ ਆਖਿਆ ਸੀ ਨਾ ਤੂੰ ਲੋਕਾਂ 'ਚ ਸ਼ੋਰ ਹੋਲ ਕਰ ਰਿਹਾ, ਤੂੰ ਡੰਡ ਪਿਆ ਮਚੈਨੇ, ਤੂੰ ਮਸ਼ਹੂਰੀ ਪਿਆ ਕਰੈਨੇ, ਇਹ ਕਿਵੇਂ ਹੋ ਸਕਦਾ? ਹੋਵੇ ਬੰਦਾ, ਹੋਵੇ ਗੁਨਾਹਗਾਰ, ਬਦਲਾਂ 'ਤੇ ਸਵਾਰੀ ਕਰੇ। ਪਹਿਲੀ ਗੱਲ ਇਹ ਨਾਮੁਮਕਿਨ ਹੈ, ਤੈਂ ਕੀਤੀ ਕੋਈ ਨਹੀਂ। ਅਗਰ ਤੈਂ ਕੀਤੀ ਹੈ ਤੈਂ ਲੋਕਾਂ ਕਿਉਂ ਦੱਸਿਆ? ਸਾਰੇ ਜਿਹਾ ਕੋਈ ਬੰਦਾ ਹੋਇਆ ਤਾਂ ਕੰਬਿਆ, ਇਹ ਹਾਈ ਵਿਲਾਇਤ ਅਲੀ ਦਾ ਪਰਵਾਨਾ, ਇਸ ਦੀ ਅੱਖ 'ਚ ਅੱਖ ਪਾ ਕੇ ਆਦਾ, ਆਪ ਇਨਸਾਫ ਕਰ। ਅਰਬ ਦਾ ਕੋਈ ਗਰੀਬ ਹੋਵੇ, ਅਰਬ ਦਾ ਕੋਈ ਜੇਡਾ ਗੁਨਾਹਗਾਰ ਹੋਵੇ, ਅਗਰ ਅਰਬ ਦੇ ਕਹਿ ਕੀਮਤੀ ਘੋੜੇ 'ਤੇ ਸਵਾਰੀ ਕਰੇ, ਉਸ ਬੰਦੇ ਦੀਆਂ ਤਲੀਆਂ ਜ਼ਮੀਨ 'ਤੇ ਨਹੀਂ ਲੱਗਦੀਆਂ। ਆਦਾ ਹਾਰੂਨ, ਭਾਵੇਂ ਹੁਣ ਕਤਲ ਚ ਕਰ, ਮੈਂ ਅੱਜ ਵੀ ਦੱਸਿੰਦਾ ਪਿਆ, ਜੇ ਤਾਈਂ ਜਿੰਦਾ ਰਾਸਾਂ ਦੱਸਿੰਦਾ ਰਾਸਾਂ, ਆਪ ਇਨਸਾਫ ਕਰ। ਹਾਕੇ ਮੈਂ ਵਕਤ ਹੈ, ਦੁਨੀਆਂ ਦਾ ਬਾਦਸ਼ਾਹ ਹੈ, ਹਕੂਮਤ ਦੇ ਇਕਤਦਾਰ ਤੇਰੇ ਕੋਲ, ਰਿਜ਼ਕ ਮਾਲ ਤੇਰੇ ਕੋਲ, ਆਪ ਇਨਸਾਫ ਕਰ। ਅਗਰ ਕੋਈ ਆਮ ਗਰੀਬ ਬੰਦਾ ਕੀਮਤੀ ਘੋੜੇ 'ਤੇ ਸਵਾਰੀ ਕਰੇ, ਤੇ ਉਹ ਬੰਦਾ ਹਰ ਬੰਦੇ ਨੂੰ ਦੱਸਦਾ ਜੋ ਮੈਂ ਫੁਲਾਂ ਘੋੜੇ ਦਾ ਸਵਾਰ ਆ, ਆਪ ਇਨਸਾਫ ਕਰ। ਮੈਂ ਗਰੀਬ ਨਾ, ਮੇਰਾ ਪੇਸ਼ਵਾ ਅਲੀ ਹੈ। ਇਹ ਸਲਾਮਤ ਰਹਿਣ, ਇਹ ਸਲਾਮਤ ਰਹਿਣ, ਇਹ ਸਲਾਮਤ ਰਹਿਣ, ਮੇਰਾ ਪੇਸ਼ਵਾ ਹੈਦਰੀ। ਮੈਂ ਗਰੀਬ ਨਹੀਂ, ਮੇਰਾ ਪੇਸ਼ਵਾ ਅਲੀ ਔਰ ਔਲਾਦ ਅਲੀ ਹੈ। ਮੈਂ ਬਦਲਾਂ 'ਤੇ ਸਵਾਰੀ ਕੀਤੀ ਹੈ, ਮੈਂ ਕਿਉਂ ਛੁਪਾਵਾਂ? ਅਤੇ ਜਿਹੜੇ ਬੰਦੇ ਆਪਣੇ ਆਪ ਨੂੰ ਗਰੀਬ ਸਦੈਂਦੇ ਨਾ ਜੀ, ਦੋਵੇਂ ਪਾਕਾਂ ਨੂੰ ਮੰਨਣ ਵਾਲੇ, ਮੇਰਾ ਦਿਲ ਦੁਖਦਾ ਹੈ। ਇਹ ਗਿੱਲੇ ਸ਼ਿਕਵੇ ਪਾਕਾਂ ਨਾਲ ਨਾ ਕੀਤੇ ਕਰੋ। ਇਹ ਮੇਰੇ ਕੋਲ 4 ਕਿੱਲਿਆਂ ਦਾ ਤੁਹਾਡਾ ਕੀ ਖਿਆਲ ਹੈ ਜੋ ਅੱਲਾ ਮੈਂ ਇੱਥੇ ਰਾਜ਼ੀ ਹੈ? ਨਹੀਂ, ਇਹ ਇਮਤਿਹਾਨ ਹੈ, ਉਹ ਰਿਜ਼ਕ ਦੇ ਕੇ ਅਜ਼ਮਾਉਂਦੇ, ਰਿਜ਼ਕ ਲੈ ਕੇ ਅਜ਼ਮਾਉਂਦੇ। ਪੈਸਾ ਆਉਣਾ, ਗੱਡੀਆਂ ਢੇਰ ਆਉਣਾ, ਤਜ਼ਫਰ ਖਾਨ ਜੀ ਅੱਲਾ ਦੀ ਰਜ਼ਾ ਦਾ ਨਾਂ ਨਹੀਂ। ਆਲ ਮੁਹੰਮਦ ਤੁਹਾਡੇ 6ਵੀਂ ਸਰਕਾਰ ਪਾਕ ਕੋਲ ਇੱਕ ਬੰਦਾ ਗਿਆ, ਨਮਾਜ਼ ਫਜਰ ਦੇ ਬੈਦ ਕਦੋਂ ਮੈਂ ਤੇ ਹੱਥ ਲਾਏ, ਜਿਹੜਾ ਬੰਦਾ ਹਕੀਕਤ ਪ੍ਰਸਤ ਸਾਰ ਚਾਵੇ, ਮੌਲਾ ਮੈਂ ਵੱਡਾ ਗਰੀਬ ਹਾਂ, ਮੇਰੇ ਆਕਾ ਖਾਮੋਸ਼ ਰਹਿ, ਦੂਜੀ ਦਫ਼ਾ ਕਰ, ਮੌਲਾ ਗਰੀਬ ਹਾਂ ਦੁਆ ਕਰੋ, ਮੌਲਾ ਡੰਗ ਦੀ ਹੇ ਡੰਗ ਦੀ ਕੋਈ ਨਹੀਂ, ਤੀਜੀ ਦਫ਼ਾ ਕਰ, ਮੌਲਾ ਵੱਡਾ ਗਰੀਬ ਹਾਂ ਜਵਾਬ ਦਿਓ, ਮੇਰੇ ਆਕਾ ਅੱਖ ਚਾਗ ਪਾ ਕੇ, ਜ਼ਮਾਨੇ ਦਾ ਕਿਹੜਾ ਜਾਇਲਾ ਦੇ ਤੂੰ ਗਰੀਬ ਹੈ। ਇਹ ਸਲਾਮਤ ਰਹਿਣ, ਇਹ ਸਲਾਮਤ ਰਹਿਣ, ਮੌਲਾ ਡੰਗ ਦੀ ਹੈ ਤੇ ਡੰਗ ਦੀ ਕੋਈ ਨਹੀਂ। ਮੁਹੱਲੇ ਦੇ ਲੋਕ, ਆਬਾਦੀ ਦੇ ਲੋਕ, ਮੇਰੀ ਬਸਤੀ ਦੇ ਲੋਕ ਗਵਾਹੀ ਦੇ ਸਨ, ਮੇਰਾ ਪੁਰਾਣਾ ਲਿਬਾਸ ਹੈ। ਅੱਲਾਹ ਅਕਬਰ, 7ਵੇਂ ਇਮਾਮ ਦਾ ਬਾਬਾ ਜਿਹਦੇ ਨਾਂ ਨਾਲ ਸਾਰੀ ਫਿਕਾ ਮਸ਼ਹੂਰ ਹੈ, ਮੇਰੇ ਮੌਲਾ ਫਰਮਾਉਂਦੇ ਨਾ, ਅੱਜ ਬੇਸ਼ੱਕ ਤੂੰ ਹੁਣ ਇਸ ਗੱਲ ਤੇ ਕਾਇਮ ਹੈ ਤਾਂ ਵੱਧ ਕਾਇਮ ਰਹਿ, ਤੂੰ ਆਦਾ ਮੈਂ ਗਰੀਬ ਹਾਂ, ਜੀਆਂ ਮੌਲਾ ਗਰੀਬ ਹਾਂ। ਸਰਕਾਰ ਫਰਮਾਉਂਦੇ ਮੈਂ 6ਵੇਂ ਇਮਾਮ ਦੀ ਇਮਾਮਤ, ਮੇਰੇ ਦਾਦੇ ਅਲੀ ਦੀ ਵਿਲਾਇਤ ਮੇਰੇ ਹਵਾਲੇ ਕਰ, ਮੈਂ ਤੈਨ ਕਾਇਨਾਤ ਦਾ ਬਾਦਸ਼ਾਹ ਬਣੇ ਲਾ। ਅੱਜ ਸਾਡੇ ਜਿਹਾ ਕੋਈ ਹੁੰਦਾ ਤਾਂ ਜ਼ਮੂਰ ਸ਼ਾਹ ਜੀ ਸੌਦਾ ਕਰ ਲਵਿਆ, ਕਦਮ
قیمت ہاتھ لا کے آدھا پوتر موئے بھوک تو منظور ہے ایڈا سودا سستا نہ کرے کنا بندن گل کوڑی لگی میرے خیال جائے دری اجازت ہے دو جملے آدھا یا دیکھی میں چھپائیں واقعی سوار ہویا بدلان ادھا میں نے پوری گل سنا یا دیکھ گل لمبی ہے مگر تم وقت دا بادشاہ ہے تین قبول نہیں کرنی میں تین اختصار نال اس اتھے آکھے آئی تے میں اتھے آدھا بیان ہوئی سارے بادشاہ تے مومن تے ہوا آئی کداؤں نہیں پہ لگ دی علی بن صالح تالکانی کے لنڈی سنائی آئی میں تو اس تو ہی چھوٹی کر کے سنا دیا اور ہے نا سائیں او ذاکر کیسے جڑا وقت شناسن ہوئے فیس ریڈنگ پہلی چیز خطابت ہے چہرے پڑھو کیڑا کیڑا بندہ تنگ ہویا بیٹھا ہے کیڑا کیڑا بندہ پیغام چونکہ معصوم دا فرمان ہے جو مستقل گفتگو لوگاں دے ذہن تے بوجھ بھار بن گئی اس میں دا بیان کرو جو لوگ پریشان پریشان تو نہیں ہوئے یاد ہے میں کشتی تے سوار ہوں یہ جن پریتی حال بھائی ذرا باسا ساتھ ہیں اس پریتی حال بابا جی سنا ہے میں کشتی تے سوار ہوا کشتی ٹر پی سمندر دی موجاں تے کشتی پہنچی ظلمان دا طوفان بلند ہوئے ایڈا ظالم طوفان آئی ہارون رشید اس طوفان یا تھپیڑا لہران دی وجہ دوں میری کشتی تباہ ہو گئی کوئی پھٹا کدائیں پریشان دا نہیں ہو گئے میں بیٹھے دھائیں مکیندہ پہا کوئی تختہ کدائیں کوئی تختہ کدائیں آدھا ایک تختہ بچے ہے وہ پھٹا بچے ہے جس پھٹے تھے میں سوارا ہوں اد ہارون رشید میں اللہ دی وحدانیت دی قسم علی دی ولایت دی قسم میں تھوڑا جہا ڈریا جو کشتی برباد ہو گئی سلوات کرو سارے غور ہے کشتی برباد ہو گئی ایک تختہ بچے ایک پھٹا بچے اگر میں اللہ دی وحدانیت دی قسم دل خوف تے ڈر پیدا ہویا جو ہوں میرا بچنا ناممکن ہے اگر میں اکھاں بند کی دیا نا حالے میں کہ وارث ہوں صدے انائی جو پھٹا بلند ہوئے تو میں سمندر تو بہتر آیا یہ سلامت رہا بس ہت ختم پہ کریں اپنے حصے دا فضائل زندگی باقی ملاقات باقی اس تو بعد کیا ہوئے علی بن صالح آدھا ہے میں اللہ نو حاضر ناظر جان کے پیادا جدا میں بہر آیا میں ہوش جایا میں سفر کیتا میں سامنے خوبصورت باغ نظر آئے میں ٹردہ ٹردہ اس باغ اج پہنچیا ادھے جدا باغ اج پہنچیا میں سمجھ نہیں آئی میری آنکھ لگ گئی نیند میں تھے غالب ہوئی ادھے میں ستا پیام بڑا سکون دا آج تا یہ دی سکون دی نیندر آئی کدا نہیں یا اچانک میرے کنہ دے ایک حیبت ناک دے ڈراک لی آواز آئیے آدھے جدہ میری آنکھ کھلیے میری اکھیں دے سامنے دو نکرے رنگ دے چٹے رنگ دے گھوڑے آن میں پتہ نہیں پہ لگ دا یہ کھیڑ دے پہن یا لڑ دے پہن یہ سلامت رہے ہیں یہ سلامت رہے ہیں یہ چودہ دی ذرہ مقدس نال نعرہ مارو جا دا گرمی مکوے سی جڑے تنگ ہوئے بیٹھے ہو تھوڑا جا برداشت کرو میں اس تو ہی ہو گھٹ پڑھنا ہے ادھے میری آنکھیں کھلی ہے میں گھوڑے بیٹھے میں انہوں نے کھیڑ یا لڑائی ویکھ رہا ہوں میں فیصلہ نام پہ کر سکتا ہے لڑ دے پہ پوری ذمہ داری نال جڑے سپاک ممبر تے ذاکر حسین عالم دین صداوے تے جھوٹ بولے وہ مولا دا ذاکر صدانہ چھوڑ دے وے لنگر میں کر کے بجنے دے کتاب میرے پر موجود ہے میں جو کچھ بڑھتا میں حوالے دے کتاب ہے
याद है घोड़े मेरी अखी तो ओझल हो गायब होए इन्हों घोड़ियों का गायब होना ही ऐसा खूबसूरत परिंदा जितना खूबसूरत आई उस तो ज्यादा उस परिंदे रहमान सोनी आवाज अता की शाबाश शाबाश मेरा वतन शाबाश हैदरी उस परिंदे अपनी जबान तस्बीह की हमद की मैं नहीं समझ मेरे सामने दरख्त परिंदे बैठे खूबसूरत बाग मैं उठा मैं इस परिंदे के पिछू टुरिया जिवें जो परिंदे के पिछू गया उस दरख्त के करीब गया उतों परवाज की अगले दरख्त से मैं लुकदा छुपदा छुपादा मैं उत्थे पहुंचा उस उतों परवाज की अगले दरख्त से अद मैं हैरान हो गया जो अल्लाह की कैनात ने एडे सोहने घोड़े डिठे ना एडे सोहना परिंदा तो अपना मिजाज मिट्टी मलन दे आओ तो चंगे चंगे सुल्ताना के मल वेंदे हो दार देवन दे आओ तो कूड़ भी तो संदेश छुपावन दे गौर है या कोई ना अद अगले दरख्त दे वत अगले दरख्त दे अद परिंदा उड़दा भी है वो परिंदा उड़दा उड़दा मैंने पहाड़ दे गार दे करीब ले गया अद जद मैं गार दे करीब गया उस पहाड़ दे करीब गया वत परिंदा नजर नहीं आया मैं सुजेंदा खला मैं केड़े मकाम ते हां कित्थु टुरिया कित्थे पहुंचा मैं नहीं पता जो कह के वड्डे जाके रोदार देवनी दे केड़ा केड़ा विलायत दा खरीदार है अद कतल चकार किवें लुकावा हाले सुजेंदा प्याम जो मैं घर तो दूर हां बेगानी नगरी पहले बाग दिठम तबाही दिठियम वद घोड़े दिठम परिंदा गायब होए अद मैं सुजेंदा प्याम या गार दे अंदरू आवाज आई सोच नहीं अंदर आ मैं तेरा इंतजार पे करे अंदरू आवाज आई अली बिन साहले तालकानी सोच नहीं अंदर आ जिस्म च कप कपी अदे मैं अंदर गया एक बड़ी कोई नूरानी हस्ती सफेद खदर का लिबास असा दो घोड़ा बोस की न पावी तो मजलस का वाल नहीं सादा लिबास बिल्कुल सादा लिबास चेहरे ते हिजाब आई कपड़ा आई अली बिन साहले आ गए अदे मेरे जिस्म च कप कपी तारी पहाड़ दे वतगार जुमला देना जेड़ बंदा जींदा होया वह बंदा माशर ताई अली अली करे सी अदे गार तू तां डरा हा जो मैं मुरीद उना दा हों हा शाबाश यह सलामत रहें यह सलामत रहें हैदरी अदे हैबतनाक जड़ी आवाज आई है इस पाक आवाज का रोब हारून रशीद नु दुश्मन नु पे दस देंदा है उस हस्ती दी आवाज आई अली बिन साले कश्ती तबाह हो गई मैं कंबदे लहजे च आखे जी आ भुखा ते तसें आधा जी आ अदे हारून रशीद किवें छुपावा ओ लम्हे किवें छुपावा उसका करम थोड़ी तो तवज्जो कोई नहीं अगर दाद दा लंडर पावना ने तो बाद पा लवे तो बावे आंदे पैन जेडे नाम बार होवन उन्हें ना दे पढ़ते अस ही चंगा वधे हैं अद त्रीजी दफा आख्या ने अली बिन साले भुखा ही है सही है डरे हुए हैं अद जिया है सारिया गल मेरे चन अद मैं डिठ है परदे जो एक तस्बी आला हाथ बुलंद होए हाले हाथ तले ना ही आया ये जन्ना तो ओ खाना आया है जड़ा ना आई ता ही खादा ही ना शाबाश ये हसला मदरवेन ये हसला मदरवेन ऐ दरी बस खत्म मेरे हिस्से की पढ़ाई अदा हाथ दे तले आना हाई हाथ तले आए वो जिवें पाक हाथ तले आए दस्तरखान लगे ऐसा खाना मैं जिंदगी च नहीं खादा ओ मिठा मशरूब पानी आया शरबत
مشام آدھن عربی زبان ہے نگنو آدھن میرے مشام جوں میرا ناک جو اجتا پستی پاکیزہ خوشبو ختم نہیں پیوں دی ادھے میرے ذہن سے یہ کون ہستی ہے میں کتھے رولیا ودا اس ہستی دی آواز آئی ہے علی بن صالح پریشان ہے جی میں پریشان ہوں تو سا وزاد فرماؤ تو سا ہو گون اس ہستی زیر لب معصوم کہہ کر نہیں مرندہ جی میں اسا مرندے ہیں زیر لب متبسم ہوئے مسکرائے تو مسکران کے فرمائے دیں ہر بندہ جڑا دور گھر دوں وے گھر دی تانگ ہوں دی گھر بننا چاہنا ہے آدھے پہنچاؤ اس ہستی دی آواز آن دی میں تن کہیں عرب دے گھوڑے دنا پہنچانا چاہنا آج ویگ جو تیرے وارث کریم کے دے شاباش یہ سلامت رہے یہ سلامت رہے اے دری جڑا بندہ یہ فضائل سن کے وٹیا بیٹھا ہے من انہیں معلوم ہوں دا اپنے وقت دا ہارون رشید گھر وجنا چاہنا میں تسبیح والا ہاتھ ہستی آسمان کا بلند کیتا ہے اشارہ کر کے فرمایا نے تلے آ اشارہ حالے ہاتھ تلے نہیں آیا میں ضرور مانگتا سائیں ہاتھ حالے تلے نہیں آیا یہ ایک بدل آیا بھائی صحیح خان بدل کرے دعائی کرے سو سارے آزادار ایک بدل دے ٹکڑا تلے آئے اس ہستی فرمایا کدے دی تیاری بدل جو آواز ہے فلاں مقام دے تو آدھے منن آلے ترے تو مرد بین آج وسن ہے شاباش شاباش یہ سلامت رہے اس ہستی فرمایا ٹوروائیں تیری ڈیوٹی سونی ہے بندے کو حیران ہو گئے میں ترلی واٹ بھی تو بڑا پرہیز کرے نا میں کتاب لکھا حوالہ نہ ہوئے تو میرا قتل معاف اس ہستی وقت فرمایا وقت حال اشارہ کتنے دوجا بدل دا ٹکڑا ہے تیری کدھر تیاری ہے میری فلاں جگہ تے تیاری ہے میں آج اس مقام دے گرمی دی شدت ہے میرے مولا میرے آقا میرے کریم لجپال میں آج اس مقام دے چھاں بناونی ہے آدھا میں تریجا اشارہ دکھا ہے اس بدل زمین تے آمنا شروع کیتا ہے اس ہستی دی آواز آن دی ہے تیری کدھوں دی ڈیوٹی اس بدل دے ٹکڑے ٹکڑے جو آواز ہے وقت دی حجت ہے جدو دا حکم فرما آدھا میں سجیں دا پیامے بندہ کا جہدے چہرے تے حجاب ہے ایڈا نورانی ہے جڑا میرے حالات جاند ہے اس ہستی دی آواز ہے علی بن صالح تو کہیں کمیاں دا نوکر نہیں بدل دے سوار ہو صرف سوار نہ ہو حکم تم کریں دا وان جتے بجوئی بدل لائے سیا یہ سلامت روین بھائی اے دری نعرہ مارو جا میں میاں والی دائیں نے امید نہ لئی بجا اے دری میں بدل دے سوار نہیں ہویا میں ہاتھ جوڑے میں بدل دے تاں سوار اس اپنا تعارف انہاں فرمایا جتھے کھلوتا ہے یہ چین دی سرحد دی جتھے پہنچنے ہی تالکان دا وسط ہے تالکانی ہے توں تیرا نا علی بن صالح بدل دے سوار ہو اتن گھر دی چھت تے پہنچے سی جی میں توں غلام ہے بدل ہی سارے نو کر رہے ساباش یہ حد سلام بدر ہے یہ کہیں دے موت آجنا ہوئے تو فرمایا کہ دشمن تو لکامے نہیں میں تیرا ستوہ امام موسیٰ قاضی امام جدہ وسدے آن نوکرہ مبدلہ تے سوار کریں دے آن جدہ رولین بد بہنہ رول کے مار گئی واہ بھائی واہ اللہ قبول ہو بسم اللہ کہہ رہا میں نوکرہ سی جدہ وسدے آن
ਮੈਂ ਨਵਸ਼ਾਲਾ ਸੋਹਣੀ ਗੁਰੂ ਭਜਨ ਚਾਚਾ ਗਾਸਪਾ ਜੀ ਮਾਈਕ ਬਾਲ ਜਦਾ ਵਸਦੇ ਹਨ ਜ਼ਿਕਰ ਦਾ ਸਦਕਾ ਸਾਡੇ ਚਾਚਾ ਮਖਦੂਮ ਮਖਤਰ ਹੁਸੈਨ ਨੂੰ ਮੌਲਾ ਸਿਹਤ ਲੰਬੀ ਜ਼ਿੰਦਗੀ ਅਦਾ ਫਰਮਾਵੇ ਜ਼ਿਕਰ ਦਾ ਸਦਕਾ ਜਿਤਨੇ ਬਿਮਾਰ ਹੋ ਤਾਂ ਸਵਰਗਾ ਮੌਲਾ ਸਿਹਤ ਗੁਨੀ ਅਦਾ ਫਰਮਾਵੇ ਜਿਹੜੇ ਕੜੀਅਲ ਜਵਾਨ ਰਲਾ ਕੇ ਰੋਂਦੇ ਵਧੇ ਉਸ ਬੰਦੇ ਔਰ ਸ਼ਿਮਰ ਚ ਫਰਕ ਕੋਈ ਨੀ ਜਿਹੜਾ ਹੁਸੈਨ ਦੀ ਭੈਣਾਂ ਦੀ ਮਾਤਮ ਦਾ ਗਲਤ ਨਿਗਾਹ ਵੇਖੇ ਨਿਗਲ ਪਵੇ ਇਨਸ਼ਾਅੱਲਾ ਅੱਖੀ ਮੈਂ ਨਾ ਕਰਾਂ ਜਦੋਂ ਵਸਦੇ ਹਾਂ ਸੈਦ ਤੁਹਾਡੇ ਦਾਦੇ عظیم باپ شریف ذاکر دے پوترن بھائی خادم حسین دے بھائی وین سارے پوترن دے جنازے نو بدن این جا کھو جنہاں دا جنازے گھر تو باہر نہ آونے اوہے درباراں دے رول کے مر گئے اچھا لباس پاؤ بابا جی میں منکر نہیں بندے کوئی سجندے حسین جو ایک کنجوسی تو نہیں پہندا کوئی بندے کوئی خیال کریں دے حسین میں نہ کوئی فقیر ہاں نہ کوئی ولی میں تے ایک مادمی گنہگار ہاں لباس جو کہ پیسے لب دے رہے ممبر حسین دے ہکا گال ذہن چاہیے جڑے کالے کپڑے 13 سال تو پائی وجا ایک روایت پڑھی ہے جدوں تہاڈے باہر میں ظہور ہونا ہے یتیم شہنشاہ اس دے کوئی شیعہ سنی آزادار جڑا ہے ولایت قائل و غریب نہ سی مگر علامہ فوق حیدر بلگرامی لکھ دین جدوں باہر میں ظہور ہو سی دو پھٹے ہوئے لباس واہ بھائی واہ بھائی واہ بسم اللہ کے راج وجہ دس آوازا بھائی کوئی وجہ نہیں وطن آلیوں جڑا وقت دا سلطان اسی پھٹے ہوئے لباس تا آن جدا دادی دنیا تو ٹوری آئی پھٹے ہوئے لباس شاہ بھائی فضا دیا سجاد رات نہ رو کوئی کفن دے رو رو کیا دے میری پھٹی ہوئی عباد واہ بھائی واہ اتھائی بیٹھ بھی اگر جی میں لو کرا اتھائی بیٹھ بھی اگر انہ دے ممبر بھائیاں دے حوالے جی بسم اللہ کرا بھلو میں نو کرا ہاتھ نہ جوڑے کرو تہاڈے حکم سونے لگ دین میرے بعد ملک دے نام وار ذاکر پڑھتے راسن مگر جو بھی اساں مصلے تو ملیے مصلے دی ذاکری قبر دا ہی رہندی ہے باقی ذاکریاں دو چار دن بعد صاحب حیاتی انہیں کے اثر ختم ہو ویندیاں اللہ اکبر فضا ہاتھ ودا کے دی رات نہ رو کوئی کفن دے امیر بن کے بیعت تیرا اپنا نصیب ہے جڑا غریب بن کے آئے شرعیت گل میں نہ پیا کرندا میں دنیاوی گل پیا کرنا کفن کہندا ہوندا ہے جی بس بابا جی گرمی ڈاڈی ائی تے میں لاکھاں مقدومیاں قربان کراں تہاڈی کنیز دا پوترا سیدادن دے قاسمی سادادن زمر سارا فرمند بنی دس کفن منگیا کہندے واسطے تے منگیا کیڑی جان منگیا اوتھے س جتھے پیو تے بھراواں دے قاتل راندے آئے شاباش ہن رلیو ہن رلیو شاباش بھلو اے تہاڈا اپنا دار دے بسم اللہ کرا تے منگیا اس واسطے جی بسم اللہ کرا جڑا وسدی آئے جندے بھراواں دے کپڑے درزی شاباش بھائی واہ درزی نہیں جبریل لے کے آندا اے اس پہ جی بسم اللہ کرا جی بسم اللہ امیر او بندہ جائے حال آخری آزادار تائیں اے گرمی کوئی کربلا دی گرمی تو وڈی نہیں اے گرمی کوئی حسین دیاں بہناں دے ضلعاں تو وڈی گرمی نہیں امیر بن کے بیٹھے تے اپنا نصیب جی بسم اللہ کرا کفن شام دے بہر منگے اس تے بھراواں دے قاتلاں دے شہر اے پتراں دے قاتلاں دا شہر میرے مولا دی سیدادہ میں تک کوشش پہ کرنا جو لمبی مجلس نہ ہوئے سیدادہ ڈائی مار کے رون دے پہنو پیدن جلدی نہ کر لکا نہیں کفن قدم مانگیا سا تے میرے مولا دی کیڑی حالت آئی
ਸਯਾਜ਼ਾਦਾ ਦਰਦਾਦ ਦੀਆਂ ਖਿਜੂਰਾਂ ਤੇ ਪੈ ਲੁੜਦੀ ਆਈ ਤੇ ਜਿੰਦੇ ਕਾਣ ਕਫਨ ਮੰਗਿਆ ਸੋਚਦੀ ਪੂਰੀ ਜ਼ਿੰਦਗੀ ਮੁਸੱਲੇ ਤੇ ਗੁਜ਼ਰੀ ਜੁਮਲਾ ਵੇ ਆਖਾਂ ਚਾ ਕਫਨ ਉਸ ਵਾਸਤੇ ਮੰਗਿਆ ਜਿਨ੍ਹਾਂ ਦੀਆਂ ਕਨੀਜ਼ਾਂ ਦੇ ਕਫਨ ਅਸ਼ਾ ਤੋਂ ਆਉਂਦੇ ਫਿਜ਼ਰ ਦੀ ਆਵਾਜ਼ਾਂ ਦੀ ਸਜਾਦ ਰਤ ਨਰੋ ਕੋਈ ਕਫਨ ਦੇ ਇਹ ਮਿੰਨਤ ਪਿਆ ਕਰਨਾ ਸ਼ੀਆ ਤਾਂ ਸ਼ੀਆ ਰਹੋ ਸੁਣੀ ਹੈ ਤਾਂ ਸੁਣੀ ਰਹੋ ਮੈਂ ਕਹਿੰਦੇ ਹੱਥ ਬਣਾਵੇਂ ਛੁੜਾਵੇਂ ਨਹੀਂ ਆਇਆ ਅਗਰ ਹੁਸੈਨ ਵਾਲਾ ਹੈ ਨਾ ਆਜ਼ਾਦਾਰ ਹੈ ਤਾਂ ਅੱਜ ਕਸਮ ਚਾਹ ਮਰਦ ਮਰ ਵਣੇ ਜਿਹੜਾ ਗੁੱਸੋ ਵੀ ਕਦਾਂ ਧੀ ਨੂੰ ਝਿਣਕ ਨਾ ਦੇਣ ਅੱਜ ਕਸਮ ਜਾ ਰੋਂਦੀ ਅੱਖੀ ਨਾਲ ਕਸਮ ਜਾ ਅੱਜ ਕਸਮ ਜਾ ਜੇ ਥਾਈ ਕਦਾਂ ਧੀਆਂ ਨੂੰ ਝਿਣਕ ਨਾ ਦੇਵੇ ਤੇ ਧੀ ਭਾਵੇਂ ਜੇ ਸ਼ਰ ਮੰਗੀ ਭਾਵੇਂ ਗੁਰਦੇ ਵੇਚਣੇ ਪਾਉਣੀ ਧੀ ਦੀ ਜ਼ਰੂਰ ਮੰਨੇ ਜੀ ਬਿਸਮਿਲਾ ਕਰਾ ਸ਼ਾਬਾ ਕਿਸਮਤ ਅਲੀ ਦੀ ਧੀ ਦੀ ਜਦਾ ਕਫਾਂ ਦਾ ਵੇਲਾ ਆਇਆ ਪੇਕੇ ਮੁੱਕ ਗਏ ਆਏ ਕਾਰਜਾ ਮਤ ਹੁਸੈਨ ਦੀ ਭੈਣ ਨਾਰਾਜ਼ ਹੋਈ ਜਦਾ ਈਦ ਦਾ ਵੇਲਾ ਆਇਆ ਕੂਫੇ ਯਤੀਮ ਜੀ ਬਿਸਮਿਲਾ ਮੈਂ ਨੌਕਰ ਆ ਸੈਦ ਇਹ ਬਿਨੀ ਹੋਈ ਖੈਰਾਤ ਮੈਂ ਨੌਕਰ ਆ ਮੈਂ ਦੁਨੀਆ ਜੁਦੀਆਂ ਚ ਬਹਾਣ ਵਾਲਾ ਅੱਲਾਹ ਅਕਬਰ ਜੀ ਬਿਸਮਿਲਾ ਕਰਾਂ ਅੱਲਾਹ ਅਕਬਰ ਪੇਕਾ ਕਫਾਂ ਨੂੰ ਦਾ ਸ਼ਰੀਫ ਧੀਆਂ ਨੂੰ ਦੇਂਦੇ ਨੇ ਧੀ ਦੇ ਮਈਤ ਨੂੰ ਪੇਕੇ ਕਫਾਂ ਦਾ ਇੰਤਜ਼ਾਰ ਹੁੰਦਾ ਹੈ ਸਜਾਦ ਮੌਲਾ ਦੀ ਰਤ ਵਧੀ ਫਿਜ਼ਾ ਦੀ ਆਵਾਜ਼ ਆਉਂਦੀ ਸਜਾਦ ਰਤ ਰੋਕ ਕੋਈ ਕਫਾਂ ਦੇ ਸੈਯਦਾਦਾ ਤੁਹਾਡੇ ਡਰ ਤੋਂ ਜ਼ਾਕਿਰ ਪੜਦੇ ਨੇ ਪਹਿਲੀ ਚੀਜ਼ ਆਲ ਮੁਹੰਮਦ ਗੁਸਲ ਦੇ ਮੁਹਤਾਜ ਨਹੀਂ ਅਗਰ ਗੁਸਲ ਨਾ ਮਿਲੇ ਹਾ ਸਾਨੂੰ ਪਤਾ ਕਿਵੇਂ ਲੱਗਿਆ ਜੋ ਗੁਸਲ ਦੀ ਤਰਤੀਬ ਕੇ ਉਲਮਾ ਰੋ ਰੋ ਕੇ ਲਿਖਦੇ ਪੈਣ ਏਡਾ ਔਖਾ ਗੁਸਲ ਅਲੀ ਦੀ ਧੀ ਦਾ ਦੀਗਰ ਨੂੰ ਸ਼ੁਰੂ ਹੋਇਆ ਤੇ ਰਾਤ ਢਲ ਜਦਾ ਫਿਜ਼ਾ ਮੂੰਹ ਤੇ ਪਾਣੀ ਪਾਵਿਆ ਰੋ ਰੋ ਕੇ ਆਖਿਆ ਪਾਣੀ ਨਾ ਪਾ ਮੈਂ ਦੱਸੇ ਦੀ ਭੈਣ ਵਾਹ ਭਾਈ ਵਾਹ ਵਾਹ ਭਾਈ ਵਾਹ ਬਸ ਕਰਾਂ ਮੈਂ ਨਹੀਂ ਥਾਈ ਸਾਰੇ ਜੁੜ ਗਏ ਉਹਦਾ ਅੱਲਾ ਜਾਂਦਾ ਕਿਆ ਮਤ ਵੇਲਾ ਆਈ ਜਦਾ ਫਿਜ਼ਾ ਦੀ ਆਈ ਸਜਾਦ ਰਾਤ ਨਾ ਰੋ ਕੋਈ ਕਫਨ ਦੇ ਕਫਾਂ ਦਾ ਨਾਮ ਆਏ ਦੂਰ ਬੈਠਾ ਸਯਾਜ਼ਾਦਾ ਮੌਲਾ ਦੀ ਫੱਟੀ ਹੋਈ ਅਬਾਇਆ ਤੇਰੀ ਦਾਦੀ ਦੀ ਜ਼ਖਮੀ ਚਾਦਰ ਛੱਡ ਕੇ ਆ ਦਿਲ ਮਾਰੋ ਨਹੀਂ ਬਲ ਪੋਸੀ ਕਫਨ ਆਦੀ ਸਜਾ ਦੇ ਵੀ ਲਾਖੇ ਰੋ ਨਹੀਂ ਕਫਨ ਤੋਂ ਬਾਅਦ ਸਾਡੀ ਰਈਅਤ ਵਸੇ ਅੰਦਰ ਜ਼ਵਰ ਖਾਨ ਕੋਈ ਮਜ਼ਦੂਰੀ ਮਾਰੋ ਵਜੇ ਉਹ ਸੁਣੀ ਵੀਰਾਂ ਉਹ ਗੱਲ ਹੱਸਣ ਦੀ ਏ ਤੇ ਆਓ ਧੀਆਂ ਰਲਾ ਕੇ ਹੱਸਦੇ ਆਏ ਕੋਈ ਤਗਾਰੀ ਚਾਵਣ ਲਈ ਮਰ ਵਜੇ ਚਾਰ ਬੰਦੇ ਚਈਆ ਸਜਦੇ ਨਾਲ ਸੌ ਪੰਜਾਹ ਬੰਦਾ ਰਈਆ ਦਾ ਗੈ ਗਰੀਬ ਦੀ ਧੀ ਨਹੀਂ ਅਲੀ ਦੀ ਜ਼ਿਕਰ ਦੀ ਕਸਮ ਅਗਲਾ ਸੱਜਾ ਪਾਵਾ ਜਨਾਬ ਸਜਾਦ ਜੀ ਖੱਬਾ ਪਾਵਾ ਬਾਗਰ ਜਾਏ ਪਿਛਲੇ ਪਾਵੇ ਜਵਾਉਣ ਵਾਲਾ ਕੋਈ ਨਹੀਂ ਫਿਜ਼ਾ ਗੁਰਬਤ ਡਿੱਠੀਏ ਇਮਾਮ ਦੀ ਰਾਤ ਵਧੀਏ ਫਿਜ਼ਾ ਦੀ ਰਾਤ ਨਾ ਰੋ ਅਗਲੇ ਪਾਵੇ ਤੂੰ ਸਜਾਓ ਪਿਛਲੇ ਮੈਂ ਆਦੀ ਵਧੀ ਅੱਜ ਗਾਦੀ ਹੋ ਵੀ ਆ ਮਾਤਮ ਜੀ ਜੀ ਬਿਸਮਿਲਾ ਜੀ ਬਿਸਮਿਲਾ ਦੀ ਵਰੀਅਤ ਵਰੀਲ ਦਨਾ ਜੀ ਜੀ ਬਿਸਮਿਲਾ ਮੈਂ ਨੌਕਰਾਂ ਵਧਣ ਵਾਲਿਆਂ ਤੁਹਾਡਾ ਮਿਹਰ ਜੀ ਬਿਸਮਿਲਾ ਤੁਹਾਡੀ ਮਿਹਰਬਾਨੀ ਮਾਤਮੀ ਨੌਕਰ ਨੂੰ ਬਰਦਾਸ਼ਤ ਕਰੇ ਦਰਦਾ ਜਰ ਤੁਮ ਹੁਸੈਨ ਦੀ ਮਾਤ ਰੋ ਰੋ ਕੇ ਵਧੀਆ ਦੀ ਅੱਜ ਭਿਰਾ ਹੋਣੀ ਆਦਿ ਵਧੀਆ ਜਗਾਦੀ ਹੋਵੀ ਅੱਜ ਹਸਨ ਅਮੀਰ ਜੀ ਹੱਥ ਸਾਰ ਦੇ ਹੱਥ ਮਾਰ ਗਿਆ ਹੈ ਹੁਸੈਨ ਹੈ ਸ਼ਾਮ ਦੀ ਕਹਿ ਦਿਨ ਸੈਨ ਜੀ ਬਿਸਮਿਲਾ ਫਿਜ਼ਾ ਰੋਂਦੀਆਂ ਦੀ ਜਨਾਜ਼ਾ ਜਾਈਆਂ ਦੀ ਜਨਾਬ ਸਜਾਦ ਸਦਵੇਂ ਕਦਮ ਦੇ ਰੋ ਗਿਆ ਦਿੰਦੇ ਅੜੀ ਥੱਕ ਗਈ ਰੋ ਰੋ ਗਿਆ ਦੀ ਮਰਦੀ ਮਰ ਹੋਇਆ ਤਾਂ ਕਬਰਿਸਤਾਨ ਦਾ ਜਨਾਜ਼ਾ ਪਹੁੰਚੇ ਸਾ ਇਮਾਮ ਆਦਿਲ ਹੁੰਦਾ ਆਖਰੀ ਜੁਮਲੇ ਜਾਂ ਗਲੀਆਂ ਦੇ ਮੁਸੱਲੇ ਦੇ ਰੋਣ ਰੋ ਰੋ ਗਿਆ ਦਿੰਦੇ ਅੜੀ ਥੱਕ ਗਈ ਏ ਜਨਾਜ਼ਾ ਰੱਖ ਮੈਂ ਵਾਰਸਾਂ ਨੂੰ ਸਰੇ ਲਾ ਮਾਤਮ ਕਰ ਗਿਆ ਦੀ ਵੇ ਕਲੀਲ ਮਾਰ ਵਜੀ ਕੌਣ
बच गई है आदि दादी मैंने दा गरीब न समझ आज मेरी गुरबत की गवाह बाण अल्लाह जानते मेरे आगा ने आसीन दे बचन खोलन गिरे बान जागी दिए आदन बाके रबड़ा फटियो या मामा मेरे हवाले घर बचड़े दा मामा जागे खबी बां सर दे रखी ने कर बला दो वे ग्याद खलन बीमार दे ओखी बन गई है मेरा अकबर वीर हाथ मार गया हाय शाम दी कह देन जी जी बिस्मिल्ला दे ओ तेरे बालन वाली मर गई है उंदान के मयत चावावे हाजी जी बिस्मिल्ला जुड़ गए मौला पुत्र दा करी आयाजा देन दे वही दो वे मुसल्ले आले करा जी बिस्मिल्ला ये जुमले मुगे गए सरगान ये नूर दिया मारी लथी है आवाज आया हाथ वगों मदीने आला मोहम्मद वद वद ये मैं नजद अमीरा वद वद ये मैं हसन मीरा जेड़ मिट्टी दरोंदे पयो गर्मी ऐ भला उने एडा दर्दनाक वैण आया जो हर कोई जान गी है कटियुया रगै जो आवाज ये लोगों पहले आवण आले अमीर हदन रादो मैं पुत्र मोया गरीब हुसैन हुसैन दा नाम आए मैया दा हल गई बीबी आ दिए कोई बई शाम जी जी बिस्मिल्ला जरा मुसल्ले ते लिखे वैन न्याज हुसैन बह के मातमी जी बिस्मिल्ला हर कोई आए हर कह वैन की दाली झंडा बदाए धीरे सिरां दी आए न गबंद बंद खोलेन आवाज आंदे बचड़ा एक गल पुछण आया बाबा हुकम हुसले सजाद मौला दी आवाज आंदी दादा पहले मैं गल करण दे दादी दे पैरां आले पासे पुप्पी दे अगो हाथ जोड़े मैया दी आवाज सजाद हाथ क्यों जुड़ेंगे जेड़े ज़ैनब दे मातमी ओ सर जवाए काकर दा बाबा मातम कर क्या दा रही है रुंदी वेच बाजारां दे आज तैड़ी मिन्नत करेंदा ओ पिया दूर फिरावा जी जी बिस्मिल्ला अमीर ओ बंदा जय शाम दिखे जी बिस्मिल्ला अली दी आवाज आंदी बचड़ा ज़ैनब एक गल दा जवाब दे पुछो नबियां दा मुश्किल कुशा बाबा अली दी ढाल निकली आदे तेरे गाजी वीर दी जिंदगी विच तेरा वेख्या फलक ने साया नहीं ओ मैं सिकदा टुरिया दुनिया तू तैं मेरे नाल आलाया नहीं आज नौकी में बोलिए